ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਇੰਡੀਆ ਤੋਂ। ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਅਤੇ ਅਮੈਰੀਕਾ ਦੇ ਵੀਜ਼ਾ ਨੂੰ ਲੈ ਕੇ। ਕੈਨੇਡਾ ਅਤੇ ਅਮੈਰੀਕਾ ਵੀਜ਼ਾ ਅਪਲਾਈ ਕਰਨ ਲਈ ਕਿੰਨੇ ਕੁ ਫੰਡਾਂ ਦੀ ਜ਼ਰੂਰਤ ਹੁੰਦੀ ਹੈਗੀ ਹੈ? ਜਦੋਂ ਆਪਾਂ ਵੀਜ਼ਾ ਅਪਲਾਈ ਕਰਦੇ ਹਾਂ, ਖਾਸ ਕਰਕੇ ਕੈਨੇਡਾ ਅਤੇ ਅਮੈਰੀਕਾ ਦਾ, ਆਪਣੇ ਦਿਮਾਗ ਦੇ ਵਿੱਚ ਇੱਕ ਹੀ ਸਵਾਲ ਹੁੰਦਾ ਕਿ ਮੇਰੇ ਖਾਤੇ 'ਚ ਕਿੰਨੇ ਕੁ ਪੈਸੇ ਹੋਣੇ ਚਾਹੀਦੇ ਨੇ। ਜਿਹੜਾ ਫੰਡ ਹੈ ਉਹ ਬਹੁਤ ਇੰਪੋਰਟੈਂਟ ਡਾਕੂਮੈਂਟ ਹੈ, ਯਾਨੀ ਕਿ ਬਹੁਤ ਇੰਪੋਰਟੈਂਟ ਚੀਜ਼ ਹੈਗੀ ਹੈ। ਫੰਡਾਂ ਤੋਂ ਬਿਨਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਹੈਗੇ। ਜੇਕਰ ਤੁਸੀਂ ਟਰੈਵਲ ਕਰ ਰਹੇ ਹੋ, ਜੇਕਰ ਤੁਹਾਨੂੰ ਵੀਜ਼ਾ ਮਿਲ ਜਾਂਦਾ ਹੈ ਟਰੈਵਲ ਕਰਨ ਲਈ, ਤਾਂ ਤੁਹਾਡਾ ਪਿੱਛੇ ਖਰਚਾ ਚਲਾਉਣ ਲਈ ਤੁਹਾਡੇ ਅਕਾਊਂਟ 'ਚ ਫੰਡ ਹੋਣੇ ਜ਼ਰੂਰੀ ਨੇ। ਇਸ ਕਰਕੇ ਵੀਜ਼ਾ ਆਫਿਸਰ ਇਹ ਚੀਜ਼ ਦੇਖਦਾ ਹੈ ਕਿ ਤੁਹਾਡੇ ਕੋਲ ਤੁਹਾਡਾ ਟੂਰ ਅਫੋਰਡ ਕਰਨ ਲਈ ਪੈਸੇ ਹੈਗੇ ਨੇ, ਅਤੇ ਜਦੋਂ ਤੁਸੀਂ ਟੂਰ ਲਾਉਂਦੇ ਹੋਵੋਗੇ, ਟੂਰ 'ਤੇ ਹੋਵੋਗੇ, ਪਿੱਛੇ ਤੁਹਾਡੀ ਫੈਮਿਲੀ ਦਾ ਖਰਚ ਚੱਕਣ ਲਈ ਤੁਹਾਡੇ ਕੋਲ ਪੈਸੇ ਹੈਗੇ, ਇਹ ਚੀਜ਼ਾਂ ਦੇਖੀਆਂ ਜਾਂਦੀਆਂ ਨੇ। ਸੋ ਜੇ ਆਪਾਂ ਦੋਸਤੋ ਕੈਨੇਡਾ ਦੀ ਗੱਲ ਕਰੀਏ, ਕੈਨੇਡਾ ਦੇ ਮਾਮਲੇ 'ਚ ਅਸੀਂ ਇਹ ਕਹਿ ਦਿੰਦੇ ਹਾਂ ਕਿ ਤੁਹਾਡੇ ਅਕਾਊਂਟ ਦੇ ਵਿੱਚ ਜਿੰਨੇ ਤੁਹਾਡੇ ਟੂਰ ਦੀ ਕੋਸਟ ਹੈ ਉਸ ਤੋਂ ਲਗਭਗ ਡਬਲ ਅਮਾਊਂਟ ਹੋਣੀ ਚਾਹੀਦੀ ਹੈ। ਹੁਣ ਟੂਰ ਦੀ ਕੋਸਟ ਅਸੀਂ ਨੋਰਮਲ ਕੱਢਦੇ ਹੈਗੇ ਹਾਂ, ਟੂਰ ਦੀ ਕੋਸਟ ਤੁਸੀਂ ਕਿੰਨੀ ਵੀ ਕਰ ਸਕਦੇ ਹੋ। ਕਈ ਲੋਕ ਨੇ 2-3 ਲੱਖ ਰੁਪਏ 'ਚ ਵਾਪਸ ਮੁੜ ਕੇ ਆ ਜਾਂਦੇ, ਅਤੇ ਕਈ ਲੋਕ 10-10 ਲੱਖ ਰੁਪਏ ਵੀ ਖਰਚ ਕੇ ਆ ਜਾਂਦੇ ਨੇ। ਹੁਣ ਤੁਸੀਂ ਜਾਂਦੇ ਹੋ, ਜੇ ਜਾ ਕੇ 5-star ਹੋਟਲ 'ਚ ਰੁਕੋਗੇ, ਵਧੀਆ ਵਧੀਆ ਗੱਡੀਆਂ 'ਚ ਘੁੰਮੋਗੇ, ਚੰਗੀ ਸ਼ੋਪਿੰਗ ਕਰਕੇ ਲੈ ਕੇ ਆਉਂਗੇ, ਅਤੇ ਤੁਹਾਡੇ ਘੁੰਮਣ ਦਾ ਡਿਊਰੇਸ਼ਨ ਜ਼ਿਆਦਾ ਹੋਊਗੀ, ਤੁਸੀਂ ਮਹੀਨੇ ਵਾਸਤੇ ਹੋਟਲਾਂ 'ਚ ਰੁਕੇ ਹੋ ਹੈਗੇ ਹੋ, ਫਿਰ ਭਾਵੇਂ ਤੁਸੀਂ 10 ਲੱਖ ਰੁਪਇਆ ਲਾ ਦਿਓ। ਨੋਰਮਲ ਜਿਹੜਾ ਟਰੈਵਲ ਹੁੰਦਾ ਹੈ, ਨੋਰਮਲ ਟਰੈਵਲ ਤੁਹਾਡਾ ਕੀ ਹੈ ਕਿ 10 ਕਦਰਾਂ ਦਾ ਟਰੈਵਲ ਪਲਾਨ ਤੁਸੀਂ ਬਣਾ ਕੇ ਜਦੋਂ ਵੀਜ਼ਾ ਲੈਂਦੇ ਹੋ, ਤਾਂ ਅਸੀਂ ਮੰਨਦੇ ਹਾਂ ਕਿ 2.5-1 ਲੱਖ ਰੁਪਏ ਦੇ ਵਿੱਚ ਬੰਦਾ ਆਪਣਾ ਟੂਰ ਕੰਪਲੀਟ ਕਰ ਲੈਂਦਾ ਹੈ। ਸਿੰਗਲ ਪਰਸਨ ਦੀ ਗੱਲ ਕਰ ਰਿਹਾ ਮੈਂ। 2.5 ਲੱਖ ਦੇ ਵਿੱਚ ਕਿਵੇਂ? ਕਿਉਂਕਿ ਜਦੋਂ ਤੁਸੀਂ ਟੂਰ ਪਲਾਨ ਬਣਾਉਣਾ ਨਾ ਦੋਸਤੋ, 6 ਮਹੀਨੇ ਬਾਅਦ ਦਾ ਟੂਰ ਪਲਾਨ ਬਣਾਓ ਹਮੇਸ਼ਾ। ਜੇ ਅੱਜ ਤੁਸੀਂ ਅਪਲਾਈ ਕਰ ਰਹੇ ਹੈਗੇ ਹੋ, ਫਰਜ਼ ਕਰੋ ਹੁਣ ਦਸੰਬਰ ਚੱਲ ਰਿਹਾ, ਤੁਸੀਂ ਕਹੋ ਜੀ ਮੈਂ ਮਾਰਚ ਅਪ੍ਰੈਲ ਦੇ ਵਿੱਚ ਜਾਂ ਮਈ 'ਚ ਜਾਣਾ ਹੈਗਾ, ਠੀਕ ਹੈ, ਉਹਦਾ ਆਪਣਾ ਟੂਰ ਪਲਾਨ ਬਣਾਓ। ਸੋ ਤੁਹਾਡਾ ਵੀਜ਼ਾ ਆ ਜਾਂਦਾ ਹੈ, ਤੁਹਾਡੇ ਕੋਲ ਟਿਕਟ ਲੈਣ ਲਈ ਵੀ ਸਮਾਂ ਹੁੰਦਾ ਹੈ। ਸੋ ਜੇਕਰ ਤੁਸੀਂ 3-4 ਮਹੀਨੇ ਬਾਅਦ ਦੀ ਟਿਕਟ ਬੁੱਕ ਕਰਦੇ ਹੋ ਦੋਸਤੋ, ਟਿਕਟ ਵੀ 1-1.25 ਲੱਖ ਰੁਪਏ ਦੀ ਆ ਜਾਂਦੀ ਹੈਗੀ ਹੈ। ਇਸ ਤੋਂ ਬਾਅਦ ਹੋਟਲ ਨੇ, ਹੋਟਲ ਜ਼ਰੂਰੀ ਨਹੀਂ ਕੋਈ ਬਹੁਤ ਮਹਿੰਗਾ ਹੋਟਲ ਕਰੋ, ਜੇ ਤੁਹਾਡੀ ਪੋਕਟ ਅਲਾਓ ਨਹੀਂ ਕਰਦੀ ਤਾਂ ਹੋਟਲ ਦੀ ਥਾਂ 'ਤੇ ਤੁਸੀਂ ਹੋਸਟਲ ਵੀ ਲੈ ਸਕਦੇ ਹੋ, ਠੀਕ ਹੈ ਜੀ। ਹੋਰ ਵੀ ਲੌਜ ਹੁੰਦੇ ਨੇ, ਠੀਕ ਹੈ, ਮੋਂਟਲ ਹੁੰਦੇ ਨੇ, ਜਿਹੜੇ ਬਹੁਤ ਸਸਤੇ ਹੁੰਦੇ ਨੇ ਕੈਨੇਡਾ ਦੇ ਵਿੱਚ। 2-3 ਹਜ਼ਾਰ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਹੋਸਟਲ ਜਾਂ ਮੋਂਟਲ ਮਿਲ ਜਾਂਦਾ ਹੈ। ਸੋ 10 ਕਦਰਾਂ ਦਾ 25-30 ਹਜ਼ਾਰ ਰੁਪਇਆ ਉਹਦਾ ਹੋ ਗਿਆ, ਬਾਕੀ ਖਾਣ ਪੀਣ ਦਾ, ਘੁੰਮਣ ਫਿਰਨ ਦਾ ਪੈਸਾ ਹੋ ਗਿਆ। ਸੋ 2-2.5 ਲੱਖ ਰੁਪਏ ਦੇ ਵਿੱਚ ਤੁਸੀਂ ਬੜੇ ਈਜ਼ਲੀ ਤਰੀਕੇ ਨਾਲ ਆਪਣਾ ਟੂਰ ਕੱਢ ਸਕਦੇ। ਹੁਣ ਗੱਲ ਕਰਦੇ ਹਾਂ ਕਿ ਫੰਡ ਕਿੰਨੇ ਚਾਹੀਦੇ ਆਪਾਂ ਨੂੰ। 2.5 ਦਾ ਡਬਲ ਕਿੰਨਾ ਹੋ ਗਿਆ? 5 ਲੱਖ ਰੁਪਏ ਤੁਸੀਂ ਆਪਦੇ ਅਕਾਊਂਟ 'ਚ ਰੱਖ ਲਓ, ਸਫੀਸ਼ੀਐਂਟ ਹੈਗਾ। ਸੋ ਕੈਨੇਡਾ ਦੇ ਮਾਮਲੇ ਦੇ ਵਿੱਚ ਤੁਸੀਂ ਜੇ 5-1 ਲੱਖ ਦਾ ਬੈਲੈਂਸ ਦਿਖਾ ਦਿੰਦੇ ਹੋ ਤਾਂ ਤੁਹਾਡੇ ਅਕਾਊਂਟ ਦੇ ਵਿੱਚ ਸਫੀਸ਼ੀਐਂਟ ਹੈ ਦੋਸਤੋ, ਕੈਨੇਡਾ ਦੀ ਫਾਈਲ ਤੁਸੀਂ ਲਾ ਸਕਦੇ ਹੋ। ਦੂਜੀ ਆਪਾਂ ਗੱਲ ਕਰਾਂਗੇ ਅਮੈਰੀਕਾ। ਅਮੈਰੀਕਾ ਦੇ ਵਿੱਚ ਫੰਡ ਜਿਹੜੇ ਮੈਟਰ ਨਹੀਂ ਕਰਦੇ। ਕਈ ਕੰਟਰੀਆਂ ਹੁੰਦੀਆਂ ਨੇ ਕਿ ਫੰਡਾਂ ਨੂੰ ਲੈ ਕੇ ਬਹੁਤ ਸੀਰੀਅਸ ਹੁੰਦੀਆਂ ਨੇ, ਕਈ ਕੰਟਰੀਜ਼ ਜਿਹੜੀਆਂ ਫੰਡ ਨੂੰ ਇੰਨਾ ਕੋਈ ਤਵੱਜੋ ਨਹੀਂ ਦਿੰਦੀਆਂ। ਕਹਿਣ ਦਾ ਮਤਲਬ ਹੈ ਕਿ ਜੇ ਤੁਹਾਡੇ ਫੰਡ ਨਹੀਂ ਵੀ ਹੈਗੇ ਹੈ ਨਾ, ਤਦ ਵੀ ਚੱਲ ਜਾਂਦਾ। ਸੋ ਅਮੈਰੀਕਾ ਇਸ ਨੂੰ ਹੋਰ ਤਰੀਕੇ ਨਾਲ ਦੇਖਦਾ ਹੈਗਾ। ਅਮੈਰੀਕਾ ਕੀ ਕਰਦਾ ਹੈਗਾ, ਅਮੈਰੀਕਾ ਸਿਰਫ ਤੁਹਾਡੀ ਇੰਟਰਵਿਊ ਲੈਂਦਾ, ਤੁਹਾਡੇ ਕੋਈ ਪੇਪਰ ਨਹੀਂ ਦੇਖਦਾ। ਅਮੈਰੀਕਾ ਦੇ ਵਿੱਚ ਕੀ ਹੈ ਕਿ ਤੁਸੀਂ ਜੇ ਆਪਣੇ ਇੰਟਰਵਿਊ ਵਧੀਆ ਤਰੀਕੇ ਨਾਲ ਦੇ ਦਿੰਦੇ ਹੋ ਤਾਂ ਤੁਹਾਨੂੰ ਫੰਡ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਬਟ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜੇ ਤੁਸੀਂ ਇੰਟਰਵਿਊ ਵਾਸਤੇ ਜਾ ਰਹੇ ਹੋ, ਤੁਸੀਂ ਸਟੇਟਮੈਂਟ ਜੇ ਨਾਲ ਚੁੱਕ ਕੇ ਲੈ ਜਾਓਗੇ, ਭਾਵੇਂ ਨਹੀਂ ਦੇਖਦਾ ਕੋਈ ਆਫਿਸਰ, ਪਰ ਆਪਾਂ ਨੂੰ ਸੈਲਫ ਕੌਨਫੀਡੈਂਸ ਹੋ ਜਾਂਦਾ ਕਿ ਮੇਰੇ ਕੋਲ ਪੇਪਰ ਹੈਗੇ ਹੈ। ਜੇਕਰ ਵੀਜ਼ਾ ਆਫਿਸਰ ਨੇ ਫੰਡਾਂ ਬਾਰੇ ਪੁੱਛਿਆ
ਤਾਂ ਮੈਂ ਇਹ ਪੇਪਰ ਦਿਖਾ ਸਕਦਾ ਹੈਗਾ, ਇਹ ਪੇਪਰ ਮੈਂ ਸ਼ੋਅ ਕਰ ਸਕਦਾ। ਇਸ ਕਰਕੇ ਜਦੋਂ ਤੁਸੀਂ ਇੰਟਰਵਿਊ 'ਤੇ ਜਾਂਦੇ ਹੋ, ਫੰਡ ਨਾਲ ਲੈ ਜਾਓ, ਆਪਦੀ ITR ਨਾਲ ਲੈ ਜਾਓ, ਭਾਵੇਂ ਕਿ ਕੋਈ ਰਿਕੁਆਇਰਮੈਂਟ ਨਹੀਂ ਹੈ, ਕਿਉਂਕਿ ਜੇ ਰਿਕੁਆਇਰਮੈਂਟ ਹੁੰਦੀ ਨਾ ਫੰਡਾਂ ਦੀ ਤਾਂ ਜਦੋਂ ਤੁਹਾਡੀ ਫਾਈਲ ਬਣਦੀ, ਯਾਨੀ ਕਿ DS-160 ਫਾਰਮ ਭਰਿਆ ਜਾਂਦਾ, ਉਹਦੇ ਨਾਲ ਤੁਹਾਡੀ ਪ੍ਰੋਫਾਈਲ ਅਪਲੋਡ ਹੋਣੀ ਚਾਹੀਦੀ ਸੀਗੀ। USA ਕੋਈ ਪੇਪਰ ਤੁਹਾਡੇ ਤੋਂ ਨਹੀਂ ਮੰਗਦਾ, ਕੋਈ ਪੇਪਰ ਫਾਈਲ ਦੇ ਨਾਲ ਅਪਲੋਡ ਨਹੀਂ ਹੁੰਦੇ ਅਤੇ ਨਾ ਹੀ ਕੋਈ ਫੰਡ ਦੇਖੇ ਜਾਂਦੇ ਨੇ। ਪੁੱਛ ਸਕਦਾ ਵੀਜ਼ਾ ਆਫਿਸਰ ਕਿ ਤੁਹਾਡੇ ਕੋਲ ਫੰਡ ਹੈ, ਤੁਸੀਂ ਕਹਿ ਸਕਦੇ ਹੋ ਯੈਸ ਮੇਰੇ ਕੋਲ ਫੰਡ ਹੈਗੇ ਨੇ, ਅਕਾਊਂਟ 'ਚ ਪਏ ਨੇ, ਕ੍ਰੈਡਿਟ ਕਾਰਡ ਹੈਗਾ, ਤੁਸੀਂ ਕਹੋ ਤਾਂ ਮੈਂ ਤੁਹਾਨੂੰ ਭੇਜ ਦਿੰਦਾ, ਈਮੇਲ ਕਰ ਦੂੰਗਾ ਮੇਰੇ ਕੋਲ ਜਿੰਨੇ ਫੰਡ ਹੈਗੇ ਨੇ। ਸੋ ਇਸ ਕਰਕੇ USA ਵਾਸਤੇ ਆਪਾਂ ਨੂੰ ਕਿਸ ਤਰ੍ਹਾਂ ਦੇ ਫੰਡਾਂ ਦੀ ਜ਼ਰੂਰਤ ਨਹੀਂ ਹੁੰਦੀ। ਕੈਨੇਡਾ ਵਾਸਤੇ 4.5-5 ਲੱਖ ਰੁਪਈਆ ਸਫੀਸ਼ੈਂਟ ਹੁੰਦਾ, ਜੇ ਤੁਸੀਂ ਫੈਮਿਲੀ ਨਾਲ ਜਾ ਰਹੇ ਹੋ 6-7 ਲੱਖ ਰੁਪਏ ਰੱਖ ਲਓ, ਜੇ ਇਕੱਲੇ ਜਾ ਰਹੇ ਹੋ 4.5-5 ਲੱਖ ਰੁਪਈਆ ਸਫੀਸ਼ੈਂਟ ਹੈ। ਸੋ ਇੰਨੇ ਕੁ ਫੰਡਾਂ ਨਾਲ ਦੋਸਤੋ ਤੁਸੀਂ ਆਪਦਾ ਟਰੈਵਲ ਜਿਹੜਾ ਕਰ ਸਕਦੇ ਹੋ, ਯਾਨੀ ਕਿ ਤੁਸੀਂ ਫਾਈਲ ਲਾ ਸਕਦੇ ਹੋ। ਉਮੀਦ ਕਰਦਾ ਮੇਰੇ ਦੁਆਰਾ ਦਿੱਤੀ ਹੋਈ ਜਾਣਕਾਰੀ ਤੋਂ ਤੁਸੀਂ ਸੰਤੁਸ਼ਟ ਹੋਵੋਗੇ। ਹੋਰ ਵਧੇਰੇ ਜਾਣਕਾਰੀ ਲਈ ਸਕਰੀਨ 'ਤੇ 3 ਨੰਬਰਾਂ 'ਤੇ ਕਾਲ ਕਰ ਸਕਦੇ। ਧੰਨਵਾਦ, ਸਤਿ ਸ਼੍ਰੀ ਅਕਾਲ।